ਸਾਲਾਂ ਦੇ ਵਿੱਚ ਜਿਹੜੇ ਕੰਮ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਕੀਤੇ ਹੈ, ਕਿਸੇ ਵੀ ਪਾਰਟੀ ਦੀ ਸਰਕਾਰ ਨੇ ਦੇਸ਼ ਵਿੱਚ ਕਿਧਰੇ ਨਹੀਂ ਕੀਤੇ। ਇਹਨਾਂ ਨੇ 1000 ਰੁਪਏ ਮਹੀਨਾ ਵਾਲੀ ਸਕੀਮ 2.5-2.5 ਲੱਖ ਰੁਪਏ ਹੋ ਜਾਂਦਾ ਬੀਬੀਆਂ ਦਾ, ਉਹ ਕਿੱਥੇ ਹੈ ਇਹਨਾਂ ਝੂਠਿਆਂ ਦੀ ਸਰਕਾਰਾਂ ਦਾ? ਅਕਾਲੀ ਕਾਂਗਰਸੀਆਂ ਨੇ ਵੇਚਣ ਦਾ ਫੈਸਲਾ ਕੀਤਾ ਕੀ ਹੈ? ਕੈਪਟਨ ਨੇ ਕਿਵੇਂ ਸਿਸਵਾ ਬਣਾਇਆ ਇਹ ਦੱਸਣਗੇ ਨਾ ਭਾਈ ਸਾਹਿਬ ਦੇ ਸਾਬਕਾ ਮੁੱਖ ਮੰਤਰੀ? ਅੱਜ ਤਾਂ ਬੀਬੀ ਆਈ ਨੀ 400 ਵਾਰ ਵਾਲੀ। ਇਹਨਾਂ ਨੂੰ ਉਹਨਾਂ ਨੇ 15 ਚ ਲੱਤ ਮਾਰਤੀ ਸੀ ਜਦੋਂ ਉਹਨਾਂ ਦੇਖਿਆ ਵੀ ਕੇਜਰੀਵਾਲ ਵਰਗੇ ਬਹਿਰੂਪੀ ਹੈ ਜਿਹੜੇ ਨੇ। ਅੱਜ ਡਾਕਟਰ ਗਾਂਧੀ ਦੇ ਦਰਵਾਜ਼ੇ ਤੁਹਾਡੇ ਚੋਣਾਂ ਤੋਂ ਬਾਅਦ ਤੁਸੀਂ ਦੇਖ ਲਓ ਕਿਵੇਂ ਬੰਦ ਹੁੰਦੇ ਨੇ। ਉਹ ਬੀਜੇਪੀ ਦੇ ਪਾਲਾ ਬਦਲ ਗਏ ਨੇ, ਉਹ ਪਟਿਆਲਾ ਵਾਸੀਆਂ ਦਾ ਇਹ ਸ਼ਾਹੀ ਪਰਿਵਾਰ ਤੋਂ ਖਹਿੜਾ ਛੁੱਟਿਆ। ਸੇਵਾ ਕੇਂਦਰਾਂ ਦਾ ਨਾਮ ਬਦਲ ਕੇ ਮਹਿਲਾ ਕਲੀਨਿਕ ਰੱਖਤਾ ਗਿਆ, ਇਹ ਇੰਨਾ ਸੀ ਤਾਂ ਆਪਣੇ ਨਾਮ ਦੇ ਬਣਾਉਂਦੇ ਜੀ। ਅਸੀਂ ਦੇਸ਼ ਦਾ ਪੈਸਾ ਦੇਸ਼ ਤੇ ਲਾਇਆ, ਇਹਨਾਂ ਨੇ ਲੁੱਟ ਮਚਾ ਕੇ ਰੱਖੀ ਆ, ਪੰਜਾਬ ਦੀ ਜਵਾਨੀ ਗਈ, ਕਿਸਾਨੀ ਗਈ। ਪੈਸੇ ਲੈ ਕੇ ਫਰ ਭਰੇ ਗਏ ਨੇ ਲੋਕਾਂ ਦੇ, ਮੁਆਵਜ਼ਾ ਕਿਸੇ ਨੂੰ ਰੁਪਇਆ ਨਹੀਂ ਮਿਲਿਆ। ਮੇਰੇ ਘਰੇ ਜਾ ਕੇ ਬਾਈ ਪੁੱਛ ਸਕਦਾ, ਮੈਂ ਪ੍ਰੂਫ ਦੇ ਸਕਦਾ। ਮੈਂ ਨਾਭਾ ਗੇਟ ਮੋਦੀ ਪਲਾਜ਼ਾ ਤੋਂ ਆਇਆ, ਉੱਥੇ ਕੂੜੇ ਦਾ ਡੰਪ ਦਾ ਇੰਨਾ ਬੁਰਾ ਹਾਲ ਹੋਇਆ ਪਿਆ, ਇਹਨਾਂ ਤੋਂ ਉਹ ਨਹੀਂ ਸੈੱਟ ਹੋ ਰਿਹਾ। ਲੀਡਰ ਆਪ ਕਹਿੰਦਾ ਇਹ ਦਵਾਈ ਸਾਡੇ ਕੋਲ ਹੈਗੀ ਹੈ, ਕੰਮ ਨਹੀਂ ਕਰੂਗੀ, ਰਿਟਰਨ ਲੈਂਦਾ ਉਹਨਾਂ ਤੋਂ, ਰਿਟਰਨ ਲੈਂਦਾ। ਮੈਂ ਪ੍ਰੂਫ ਕਹਿੰਦਾ ਜਿੰਨੇ ਵੀ ਕੰਮ 2 ਸਾਲਾਂ 'ਚ ਸਰਕਾਰ ਨੇ ਕਰੇ ਨੇ, 70 ਸਾਲਾਂ 'ਚ ਇਹਨਾਂ ਨੇ ਕਰੇ ਨੇ। ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ਾਹੀ ਸ਼ਹਿਰ ਪਟਿਆਲਾ ਦੀ ਸਿਆਸੀ ਫਿਜ਼ਾ ਕੀ ਕਹਿੰਦੀ ਹੈ, ਇੱਥੋਂ ਦਾ ਮਾਹੌਲ ਕੀ ਹੈ, ਇੱਥੋਂ ਦਾ ਇਹ ਹਾਲਾਤ ਕੀ ਨੇ, ਲੋਕ ਕਿਹਦੀਆਂ ਗੱਲਾਂ ਕਰਦੇ ਨੇ ਤੇ ਲੋਕ ਕਿਹਨੂੰ ਆਪਣਾ ਸੰਸਦ ਚੁਣਨਾ ਚਾਹੁੰਦੇ ਨੇ, ਇਹਨਾਂ ਹਾਲਾਤਾਂ ਨੂੰ ਭਾਂਪਣ ਦੇ ਲਈ ਇਸ ਵੇਲੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਨਿਊਜ਼ 18 ਨੇ ਖੁੱਲ੍ਹਾ ਅਖਾੜਾ ਲਾਇਆ ਤੇ ਇਸ ਖੁੱਲ੍ਹੇ ਅਖਾੜੇ ਦੇ ਵਿੱਚ ਸਾਰੀਆਂ ਪਾਰਟੀਆਂ ਨਾਲ ਜੁੜੇ ਹੋਏ ਉਹਨਾਂ ਦੇ ਨੁਮਾਇੰਦੇ, ਉਹਨਾਂ ਦੇ ਵਰਕਰ, ਉਹਨਾਂ ਦੇ ਨਾਲ ਜੁੜੇ ਹੋਏ ਲੋਕ ਇਸ ਵੇਲੇ ਇੱਥੇ ਮੌਜੂਦ ਨੇ ਤੇ ਆਮ ਸ਼ਹਿਰੀ ਵੀ ਮੌਜੂਦ ਨੇ। ਤਾਂ ਪਟਿਆਲਾ ਦੇ ਵਿੱਚ ਇਸ ਵਾਰ ਕੀ ਹਾਲਾਤ ਰਹਿਣਗੇ, ਕਿਉਂਕਿ ਹਾਲਾਤ ਕੁਝ ਬਦਲੇ ਨੇ ਇੱਥੇ। ਇਸ ਵਾਰੀ ਪ੍ਰਨੀਤ ਕੌਰ ਜਿਹੜੇ ਪਹਿਲਾਂ ਕਾਂਗਰਸ ਦੇ ਵੱਲੋਂ ਸਾਂਸਦ ਹੋਇਆ ਕਰਦੇ ਸੀ, ਅੱਜ ਕੱਲ ਉਹ ਬੀਜੇਪੀ ਦੇ ਉਮੀਦਵਾਰ ਨੇ। ਡਾਕਟਰ ਧਰਮਵੀਰ ਗਾਂਧੀ ਜਿਹੜੇ ਆਮ ਆਦਮੀ ਪਾਰਟੀ ਤੋਂ ਸਾਂਸਦ ਬਣੇ ਸੀ, ਉਹ ਅੱਜ ਕੱਲ ਕਾਂਗਰਸ ਦੇ ਉਮੀਦਵਾਰ ਨੇ। ਔਰ ਦੂਜੇ ਪਾਸੇ ਨੇ ਅਕਾਲੀ ਦਲ ਦੇ ਵੱਲੋਂ NK ਸ਼ਰਮਾ, ਤੇ ਐਸੇ ਹਾਲਾਤਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਮੌਜੂਦਾ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਨਿਤਾਰਿਆ। ਹਾਲਾਤ ਥੋੜੇ ਜਿਹੇ ਵੱਖਰੇ ਨੇ ਸ਼ਾਹੀ ਸ਼ਹਿਰ ਪਟਿਆਲਾ ਦੇ। ਤੁਹਾਨੂੰ ਪਹਿਲਾਂ ਸਵਾਲ ਇਸ ਕਰਕੇ ਕਿ ਸੱਤਾ ਦੇ ਵਿੱਚ ਤੁਸੀਂ ਹੋ, 2 ਸਾਲ ਦੇ ਕਰੀਬ ਸਮਾਂ ਹੋ ਗਿਆ, ਔਰ ਸਾਹਮਣੇ ਜਿਸ ਤਰ੍ਹਾਂ ਦੇ ਹਾਲਾਤ ਰਹੇ ਨੇ, ਤੁਹਾਡੇ ਸਾਬਕਾ ਸਾਂਸਦ ਸਾਹਮਣੇ ਨੇ ਇਸ ਵਾਰ ਤੁਹਾਡੇ ਮੁਕਾਬਲੇ ਦੇ ਵਿੱਚ ਨੇ, ਪਰ ਲੋਕ ਤੁਹਾਡੇ ਉਮੀਦਵਾਰ ਨੂੰ ਵੋਟ ਕਿਉਂ ਕਰਨ? ਇਸ ਵਾਰ ਪੰਜਾਬ ਬਣੇਗਾ ਹੀਰੋ, ਆਮ ਆਦਮੀ ਪਾਰਟੀ 13-0, 13-0। ਦੇਖੋ ਜੀ, ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਕੰਮ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਕੀਤੇ ਹੈ, ਕਿਸੇ ਵੀ ਪਾਰਟੀ ਦੀ ਸਰਕਾਰ ਨੇ ਦੇਸ਼ ਵਿੱਚ ਕਿਧਰੇ ਨਹੀਂ ਕੀਤੀ। ਤੁਸੀਂ ਆਪ ਦੇਖੋ ਵੀ 300 ਯੂਨਿਟ ਬਿਜਲੀ ਕਿਸੇ ਪਾਰਟੀ ਨੇ ਕਿਸੇ ਥਾਂ ਦਿੱਤੀ ਹੈਗੀ ਹੈ, ਜਾਂ ਆਉਂਦੇ ਸਾਰ 2 ਸਾਲਾਂ ਵਿੱਚ 43,000 ਨੌਕਰੀਆਂ ਅਸੀਂ ਦਿੱਤੀਆਂ। ਅਕਾਲੀ ਦਲ ਕਹਿੰਦਾ ਕਿ 280 ਵੀ ਦਿੰਦੇ ਸੀ, ਇਹਨਾਂ ਨੇ ਥੋੜੀ ਜਿਹੀ ਵਧਾਤੀ। ਦੇਖੋ, ਉਸ 'ਚ 50 ਕੰਡੀਸ਼ਨਾਂ ਸੀਗੀਆਂ, ਜਿਸ 'ਚ ਪੰਜਾਬ ਦੇ 10% ਲੋਕ ਵੀ ਕੁਆਲੀਫਾਈ ਨਹੀਂ ਸੀ ਕਰਦੇ। ਹੁਣ ਤਾਂ 90% ਲੋਕਾਂ ਦੇ ਬਿੱਲ ਜ਼ੀਰੋ ਆਉਂਦੇ ਹੈ, ਔਰ 43,000 ਅਸੀਂ ਨਵੀਆਂ ਨੌਕਰੀਆਂ ਦਿੱਤੀਆਂ, ਇੰਨੇ ਹੀ ਅਸੀਂ ਪੁਰਾਣੇ ਕੱਚੇ ਮੁਲਾਜ਼ਮ ਪੱਕੇ ਕੀਤੇ ਹੈਗੇ ਹਾਂ। ਤੁਸੀਂ ਸਿਹਤ ਸਿਸਟਮ ਦੇਖੋ, 829 ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਬਣ ਗਏ ਹੈਗੇ ਹੈ, ਜਿਹੜੇ ਤੁਹਾਡੇ ਕਮਿਊਨਿਟੀ ਹੈਲਥ ਸੈਂਟਰ ਸੀਗੇ, ਉੱਥੇ ਐਕਸਰੇਜ਼ ਹੁੰਦੇ ਹੈ, ਅਲਟਰਾਸਾਊਂਡਸ ਹੁੰਦੇ ਹੈ, ਜਿਹੜੇ ਤੁਹਾਡੇ ਸਟੇਟ ਲੈਵਲ ਦੇ ਹਸਪੀਟਲਸ ਹੈ ਉੱਥੇ ਨਿਊਰੋ ਦੇ ਆਪਰੇਸ਼ਨਸ ਹੁੰਦੇ ਹੈ, ਹਾਰਟ ਦੇ ਆਪਰੇਸ਼ਨਸ ਹੁੰਦੇ ਹੈ। ਮੈਨੂੰ ਲੱਗਦਾ ਹੈ ਕਿ ਇਹਨਾਂ ਕੰਮਾਂ ਦੇ ਆਧਾਰ ਤੇ ਲੋਕ ਤੁਹਾਡਾ ਹੀ ਸੰਸਦ ਬਣਾ ਦੇਣ ਇੱਥੇ।
ਬਿਲਕੁਲ ਜੀ ਬਿਲਕੁਲ, ਕਿਉਂਕਿ ਜਿਹੜਾ ਲੋਕਾਂ ਲਈ ਕੰਮ ਕਰੇਗਾ, ਲੋਕਾਂ ਦੀ ਜ਼ਿੰਦਗੀ ਸਵਾਰੇਗਾ, ਲੋਕ ਉਸੇ ਨੂੰ ਵੋਟ ਪਾਣਗੇ। ਲੋ ਜੀ ਲੰਮੀ ਚੌੜੀ ਲਿਸਟ ਲੈ ਕੇ ਬੈਠੇ ਨੇ। ਹੁਣ ਕਾਂਗਰਸ ਦੀ ਗੱਲ ਕਰਾਂਗੇ, ਪਿਛਲੇ 5 ਸਾਲ ਤੁਸੀਂ ਰਹੇ ਹੋ ਸੰਸਦ ਵੀ, ਠੀਕ ਹੈ, ਜਿਹੜੇ ਤੁਹਾਡੇ ਸੰਸਦ ਸੀ ਅੱਜ ਕੱਲ ਉਹ ਤੁਹਾਡੇ ਨਾਲ ਨਹੀਂ ਰਹੇ, ਉਹ ਹੁਣ ਬੀਜੇਪੀ ਦੇ ਉਮੀਦਵਾਰ ਹੋ ਗਏ ਨੇ। ਜਿਹੜੇ ਤੁਹਾਡੇ ਮੁੱਖ ਮੰਤਰੀ ਸੀ ਉਹ ਵੀ ਤੁਹਾਡੇ ਨਹੀਂ ਰਹੇ, ਉਹ ਬੀਜੇਪੀ ਦੇ ਮੈਂਬਰ ਬਣ ਗਏ ਨੇ। ਤੁਸੀਂ ਕੀ ਸਮਝਦੇ ਹੋ, ਚਲੋ ਜੀ ਕੋਈ ਗੱਲ ਨੀ, ਤੁਸੀਂ ਕੀ ਸਮਝਦੇ ਹੋ ਕਿ ਇਹ ਕਹਿੰਦੇ ਕਿ ਅਸੀਂ ਤਾਂ 2 ਸਾਲਾਂ 'ਚ ਇੰਨੇ ਕੰਮ ਕਰਤੇ ਕਿ ਅਸੀਂ ਇੱਥੇ ਜਿੱਤ ਦਰਜ ਕਰਾ ਸਕਦੇ ਹਾਂ, ਲੋਕ ਸਾਨੂੰ ਵੋਟ ਕਰਨ, ਤੇ ਤੁਹਾਨੂੰ ਯਾਦ ਹੈ ਕਿ 5 ਸਾਲਾਂ ਜੋ ਕੁਝ ਤੁਸੀਂ ਕੀਤਾ ਸੀ ਤੁਹਾਨੂੰ ਲੋਕ ਕਿਉਂ ਚੁਣ ਲੈਣ? ਪਹਿਲਾਂ ਥੋੜਾ ਜਿਹਾ ਮੇਰੇ ਭਰਾਵਾਂ ਦੀਆਂ ਤਾੜੀਆਂ ਦਾ ਜਵਾਬ ਦੇ ਦਾਂ। ਇਹਨਾਂ ਨੂੰ ਵੀ ਪੰਜਾਬ 'ਚ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ, ਕਿਤੇ ਕਾਂਗਰਸ ਤੋਂ ਗਿਆ ਹੋਇਆ GP ਉਹਨੂੰ ਰਲਾ ਲੈਂਦੇ ਹੈ, ਕਿਤੇ ਗੋਲਡੀ ਰਲਾ ਲੈਂਦੇ ਹੈ, ਤੇ ਕਿਤੇ ਆ ਜਿਹੜਾ ਡਾਕਟਰ ਬਲਵੀਰ ਹੈ ਕੈਬਨਿਟ ਵਜ਼ੀਰ ਹੈ, ਇਹਨਾਂ ਨੂੰ ਹੋਰ ਕੋਈ ਬੰਦਾ ਹੀ ਦਰੀਆਂ ਵਿਛਾਉਣ ਵਾਲਾ ਨਹੀਂ ਲੱਭਾ ਵੀ ਜਿਹਨੂੰ ਇਹ ਟਿਕਟ ਦੇ ਦੇਣਾ। ਮੇਰੇ ਭਰਾ ਮਲਹੋਤਰਾ ਜੀ ਖੜੇ ਨੇ, ਪਹਿਲਾਂ ਇਹਨਾਂ ਨੇ MLA ਦੀ ਟਿਕਟ ਲਈ ਅਪਲਾਈ ਕੀਤਾ ਸੀ, ਫਿਰ MP ਦੇ ਲਈ ਕੀਤਾ, ਹੁਣ ਇਹ ਵਿਚਾਰੇ ਜਿੰਨੇ ਇੱਥੇ ਖੜੇ ਨੇ MC ਦੀ ਆਸ ਲਾ ਕੇ ਖੜੇ ਨੇ ਵੀ ਸਾਨੂੰ ਸ਼ਾਇਦ MC ਦੀ ਟਿਕਟ ਮਿਲ ਜੇ, ਤੇ ਉਹ ਵੀ ਨਹੀਂ ਮਿਲਣੀ, ਉਹ ਵੀ ਕਿਤੇ ਉੱਤੋਂ ਹੀ ਆ ਜਾਣੀ ਹੈ। ਤੁਹਾਡੇ ਆਪਦੇ ਸੰਸਦ ਕਹਿੰਦੇ ਚਲੇ ਗਏ ਤੇ ਤੁਸੀਂ ਇਹਨਾਂ ਵਾਲੇ ਲੈ ਆਏ? ਮੈਂ ਤੁਹਾਨੂੰ ਉਹ ਇਹਨਾਂ ਵਾਲੇ ਨਹੀਂ ਗਏ, ਇਹਨਾਂ ਨੂੰ ਉਹਨਾਂ ਨੇ 15 ਚ ਲੱਤ ਮਾਰਤੀ ਸੀ ਜਦੋਂ ਉਹਨਾਂ ਦੇਖਿਆ ਵੀ ਕੇਜਰੀਵਾਲ ਵਰਗੇ ਬਹਿਰੂਪੀ ਹੈ ਜਿਹੜੇ ਨੇ ਉਹਨਾਂ ਦੇ ਮਗਰ ਲੱਗ ਕੇ। ਡਾਕਟਰ ਗਾਂਧੀ ਵਰਗੇ ਨੇ ਅੰਦੋਲਨ ਚੋਂ ਨਿਕਲੇ, ਡਾਕਟਰ ਗਾਂਧੀ ਅੰਦੋਲਨ ਦਾ ਹਿੱਸਾ ਸੀਗੇ, ਉਹਨਾਂ ਨੇ ਆਮ ਆਦਮੀ ਪਾਰਟੀ ਫਾਰਮ ਕੀਤੀ, ਫਾਊਂਡਰ ਮੈਂਬਰ ਸੀ। ਉੱਥੇ ਕੁਝ ਐਸੇ ਲੋਕ ਆ ਗਏ ਕੇਜਰੀਵਾਲ ਵਰਗੇ ਜਿਹੜੇ ਕਿ ਸਵੇਰੇ ਉਹਨਾਂ ਦਾ ਚਿਹਰਾ ਕੁਝ ਹੋਰ ਹੁੰਦਾ ਤੇ ਰਾਤ ਨੂੰ ਪਰਦੇ ਦੇ ਪਿੱਛੇ ਕੁਝ ਹੋਰ ਹੁੰਦਾ। ਉਹਨਾਂ ਨੇ 15 ਦੇ ਵਿੱਚ ਸ਼ਰੇਆਮ ਆਮ ਆਦਮੀ ਪਾਰਟੀ ਛੱਡੀ, ਆਮ ਆਦਮੀ ਪਾਰਟੀ ਸ਼ਰੇਆਮ ਛੱਡੀ। ਜਿਹੜਾ ਧਰਮਵੀਰ ਗਾਂਧੀ, ਜਿਹੜੇ ਵਰਕਰਾਂ ਨੇ ਸਵੇਰੇ ਸ਼ਾਮ 24 ਘੰਟੇ ਉਹਦੇ ਲਈ ਕੰਮ ਕੀਤਾ, ਸਾਰਿਆਂ ਨੂੰ ਦਤਕਾਰ ਕੇ ਘਰੋਂ ਭਜਾਇਆ, ਤੁਹਾਡੀ ਵਾਰੀ ਆਉਣ ਵਾਲੀ ਹੈ, ਉਹ ਤੁਹਾਡੀ ਵਾਰੀ ਆਉਣ ਵਾਲੀ ਹੈ। ਜਿੱਦਾਂ ਮਹਿਲ ਦੇ ਦਰਵਾਜ਼ੇ ਪਹਿਲਾਂ ਬੰਦ ਹੋਏ ਕਰਦੇ ਸੀ, ਅੱਜ ਡਾਕਟਰ ਗਾਂਧੀ ਦੇ ਦਰਵਾਜ਼ੇ ਤੁਹਾਡੇ ਚੋਣਾਂ ਤੋਂ ਬਾਅਦ ਤੁਸੀਂ ਦੇਖ ਲਓ ਕਿਵੇਂ ਬੰਦ ਹੁੰਦੇ ਨੇ। ਕੀ ਕਹਿਣਾ ਚਾਹੁੰਦੇ ਡਾਕਟਰ ਗਾਂਧੀ ਦਾ ਬਿਆਨ ਸੁਣ ਲਓ ਜੀ, ਕਦੋਂ ਦਾ ਬਿਆਨ ਕੀ ਬਿਆਨ? ਬਿਆਨ ਤਾਂ ਹਰ ਵਾਰੀ ਬਦਲਦੇ ਰਹਿੰਦੇ ਆ, ਬਿਆਨ ਹਰ ਵਾਰੀ ਬਦਲਦੇ। ਇੱਧਰ ਗੱਲ ਕਰ ਰਹੀ ਹੈ ਅਕਾਲੀ ਦਲ, ਅਕਾਲੀ ਦਲ ਨੂੰ ਕੀ ਲੱਗਦਾ ਜੀ, ਤੁਸੀਂ 10 ਸਾਲ ਪੰਜਾਬ ਦੀ ਸੱਤਾ ਦੇ ਵਿੱਚ ਰਹੇ, ਹੁਣ ਹਾਲਾਤ ਬੇਸ਼ੱਕ ਕੁਝ ਵੱਖਰੇ ਹੋ ਗਏ, ਪਰ ਕੀ ਲੱਗਦਾ ਹੈ ਕਿ ਲੋਕ ਤੁਹਾਡੇ ਵੱਲ ਫਿਰ ਤੋਂ ਹਵਾਦਾਰ ਹੋ ਸਕਦਾ? ਬਿਲਕੁਲ ਹੋ ਸਕਦਾ ਜੀ, ਕਿਉਂਕਿ ਦੇਖੋ ਤੁਸੀਂ ਆਪਸ ਡਿਬੇਟ ਸੁਣੀ ਲਈ, ਬਈ ਆਮ ਆਦਮੀ ਵਾਲੇ ਜਿਹੜੇ ਸੀਗੇ ਕਾਂਗਰਸ ਚਲੇ ਗਏ, ਕਾਂਗਰਸ ਵਾਲੇ ਜਿਹੜੇ ਆ BJP ਚਲੇ ਗਏ, ਔਰ ਜਿਹੜੇ ਆਮ ਆਦਮੀ ਵਾਲੇ ਪਾਰਟੀ ਵਾਲੇ ਕਹਿ ਰਹੇ ਆ ਕੇਜਰੀਵਾਲ ਆਮ ਆਦਮੀ ਪਾਰਟੀ ਫਾਊਂਡਰ ਸੀਗੇ, ਉਹਨਾਂ ਨੂੰ ਇਹ ਚਾਹੀਦਾ ਸੀ ਜੇ ਉਹਨਾਂ ਦੀ ਸ਼ਰਾਬ ਦਾ ਘੁਟਾਲਾ ਹੋਇਆ, ਉਹਨਾਂ ਦਾ ਚੀਫ ਜਿਹੜਾ ਹੈ ਉਹ ਅੰਡਰ ਹੋਇਆ, ਉਹ ਅਰੈਸਟ ਹੋਇਆ, ਤਾਂ ਉਸ ਨੂੰ ਨੈਤਿਕਤਾ ਦੇ ਆਧਾਰ ਤੇ ਰਿਜ਼ਾਈਨ ਕਰਨਾ ਚਾਹੀਦਾ ਸੀ। ਅਸਤੀਫਾ ਦੇਣਾ ਚਾਹੀਦਾ ਸੀ। ਮੈਂ ਕੇਜਰੀਵਾਲ ਸਾਹਿਬ ਨਾਲ ਸਿਆਣੇ ਬਣੋ, ਜੇ ਤੁਸੀਂ ਸਿਆਣੀ ਪਾਰਟੀ ਚੋ ਤੇ ਐਵੇਂ ਕੁੱਕੜਾ ਵਾਂਗੂ ਰੌਲਾ ਨਾ ਪਾਓ। ਕੋਈ ਗੱਲ ਨੀ, ਮੇਰੀ ਗੱਲ ਸੁਣੋ, 1 ਮਿੰਟ ਦੀ ਗੱਲ ਸੁਣੋ। ਕੇਜਰੀਵਾਲ ਦੀ ਗੱਲ ਕਰਦੇ ਆ ਕਿ ਕੇਜਰੀਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਸੀ, ਇੱਥੇ ਬੇਸ਼ੱਕ ਤੁਸੀਂ ਆਹਮਣੇ ਸਾਹਮਣੇ ਪਰ ਦਿੱਲੀ ਤੁਸੀਂ ਇਕੱਠੇ ਆ, ਤਾਂ ਕਰਕੇ ਤੁਹਾਨੂੰ ਹੀ ਪੁੱਛ ਰਿਹਾ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿੱਥੇ ਕੋਈ ਇਹਨਾਂ ਦਾ ਮਾੜਾ ਮੋਟਾ ਜਾ, ਕਿਉਂਕਿ ਅਸੀਂ ਇੰਡੀਆ ਅਲਾਇੰਸ ਬਣਾ ਕੇ ਮੋਦੀ ਦੇ ਖਿਲਾਫ ਲੜ ਰਹੇ ਹਾਂ, ਇੱਥੇ ਆਹਮਣੇ ਸਾਹਮਣੇ ਹੋਈ ਜਾਂਦੇ ਆਹਮਣੇ ਸਾਹਮਣੇ ਤਾਂ ਆ, ਇੱਥੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਟੋਟਲੀ ਫੇਲ ਹੈ, ਤਾਂ ਅਸੀਂ ਇਹਨਾਂ ਦੇ ਭਾਈਵਾਲ ਨਹੀਂ ਬਣੇ। ਹਾਂ, ਜਿੱਥੇ ਕੋਈ ਮੋਦੀ ਨੂੰ ਹਰਾਉਣ ਦੀ ਗੱਲ ਆਉਂਦੀ, ਜਿੱਥੇ ਇਹਨਾਂ ਦੀ ਇੱਕ ਤੁਸੀਂ ਕੇਜਰੀਵਾਲ ਨੂੰ ਵੀ ਨਿੰਦੀ ਜਾਂਦੇ ਸੀ, ਉਹਨਾਂ ਦੀ ਕੇਜਰੀਵਾਲ ਨੂੰ ਨਿੰਦੀ ਜਾਂਦੇ ਸੀ। ਅਸੀਂ ਨਿੰਦਾਂਗੇ ਜਿਹੜੀ ਗਲਤੀ ਹੈ, ਅਸੀਂ ਉਹਨੂੰ ਨਿੰਦਾਂਗੇ। ਦਿੱਲੀ ਚ ਉਹਨਾਂ ਨਾਲ ਹੀ ਹੈ, ਉਹ ਹਾਈ ਕਮਾਂਡ ਦਾ ਅਲਾਇੰਸ ਹੈ ਸਾਡਾ, ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਾ ਵਿਰੋਧ ਹੈ, ਜਿਹੜੇ ਇਹਨਾਂ ਦੇ ਕੰਮ ਨੇ, ਜਿਹੜੇ ਸਾਡੇ ਮੁੰਡੇ NSA ਲਾ ਕੇ ਇਹਨਾਂ ਨੇ
ਡਿਬਰੂਗੜ੍ਹ ਜੇਲ੍ਹ 'ਚ ਭੇਜੇ ਨੇ, ਜਿਹੜੇ ਇਹਨਾਂ ਨੇ ਬੀਜੇਪੀ ਨੇ ਬਾਰਡਰ ਦੇ ਅੰਦਰ ਆ ਕੇ ਸਾਡੇ ਕਿਸਾਨ ਕੁੱਟੇ, ਇੱਕ ਸਾਡਾ ਕਿਸਾਨ ਖਨੌਰੀ ਬਾਰਡਰ ਤੇ ਮੁੰਡਾ ਸਾਡਾ ਸ਼ਹੀਦ ਕਰਤਾ। ਮੈਂ ਪਰਚੇ ਜਿਹੜੇ ਭਗਵੰਤ ਮਾਨ ਦੀ ਇੰਨੀ ਹਿੰਮਤ ਨਹੀਂ ਹੋਈ ਵੀ ਉਹਨਾਂ ਦੇ ਪਰਚੇ ਕਰਦੇ। ਇਹ ਪਾਰਟੀ ਸ਼ਹੀਦਾਂ ਦੀ ਗੱਲ ਕਰਦੀ ਆ, ਕਾਂਗਰਸ ਜਿਹਨਾਂ 84 ਦੇ ਦੰਗੇ ਕਰਾਏ ਨੇ ਦਿੱਲੀ ਦੇ ਵਿੱਚ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ। ਮੈਂ ਜਿਹੜੀ ਇਹ ਗੱਲ ਅੱਜ ਦੀ ਗੱਲ, ਦੰਗਿਆਂ ਵਾਲਾ ਮਸਲਾ ਪਿੱਛਾ ਨਹੀਂ ਛੱਡਦਾ, ਜਿਹੜਾ ਇਹਨਾਂ ਦਾ ਵੀ ਪਿੱਛਾ ਨਹੀਂ ਛੱਡ ਰਿਹਾ, ਕਿਸਾਨਾਂ ਨੂੰ ਜਿਹੜਾ ਇਹਨਾਂ ਨੇ ਕਟਵਾਇਆ ਭਗਵੰਤ ਮਾਨ ਨੇ, ਆਪਣੇ ਉਹਦੇ ਅੱਗੇ ਗੋਡੇ ਟੇਕੇ ਹੋਏ ਨੇ ਮੋਦੀ ਦੇ ਅੱਗੇ। 40 ਸਾਲ ਹੋ ਗਏ ਕਤਲੇਆਮ ਨੂੰ, ਇਹਦਾ ਇਨਸਾਫ਼ ਕਿਹਨਾਂ ਕੋਲੋਂ ਮਿਲੇਗਾ ਸਾਨੂੰ? ਆਮ ਆਦਮੀ ਪਾਰਟੀ ਤੋਂ ਅਸੀਂ ਪੁੱਛਾਂ, ਉਹਨਾਂ ਨੇ ਕਦੋਂ ਇਨਸਾਫ਼ ਦੇਗੀ ਸਾਨੂੰ? ਇਹ 24 ਬੰਦੇ ਸੰਗਰੂਰ ਚ ਮਰ ਗਏ, ਉਹਦਾ ਇਨਸਾਫ਼ ਕਦੋਂ ਮਿਲੇਗਾ? ਇਸੇ ਤਰ੍ਹਾਂ ਇਹਨਾਂ ਨੂੰ ਕੰਮ ਪੁੱਛਦੇ, ਇਹਨਾਂ ਨੇ ਅੱਜ ਤੱਕ ਕਿਹੜੇ ਕੰਮ ਕਰਿਆ? 2 ਸਾਲ ਹੋ ਗਏ, ਉਹਦਾ ਲਿਸਟ ਲਈ ਫਿਰਦੇ, 2 ਸਾਲ ਚ ਇਹਨਾਂ ਦਾ ਕੋਈ ਕੰਮ ਨਹੀਂ ਹੈਗੇ। ਬਾਈ ਜੀ ਦੇਖੋ, ਇਹਨਾਂ ਨੂੰ ਪਹਿਲਾਂ ਤਾਂ ਇਹੀ ਪੁੱਛ ਲਓ, ਇਹਨਾਂ ਨੇ 1000 ਰੁਪਏ ਮਹੀਨਾ ਵਾਲੀ ਸਕੀਮ 2.5 ਲੱਖ ਰੁਪਏ ਹੋ ਚੱਲਿਆ ਬੀਬੀਆਂ ਦਾ, ਉਹ ਕਿੱਥੇ ਆ ਇਹਨਾਂ ਝੂਠਿਆਂ ਦੀ ਸਰਕਾਰਾਂ ਦਾ? ਜਿਹੜਾ ਤੁਸੀਂ ਪਹਿਲਾਂ ਕੁਐਸਚਨ ਕੀਤਾ ਸੀ, ਮੈਂ ਉਹਦਾ ਜਵਾਬ ਦਿੰਦਾ। ਸਾਡੀ ਜਿਹੜੀ ਸਾਡੀ ਪਾਰਟੀ ਆ ਉਸ ਨੇ 14 ਟੋਲ ਪਲਾਜ਼ੇ ਬੰਦ ਕਰਤੇ ਤੇ ਇੱਕ ਜਿਹੜਾ ਥਰਮਲ ਪਲਾਂਟ ਖਰੀਦਿਆ। ਇੱਕੋ ਇੱਕ ਪਾਰਟੀ ਆ ਜਿਸਨੇ ਪਹਿਲੇ ਵਾਰੀ ਕੋਈ ਵੀ ਸਟੇਟ ਦੇ ਵਿੱਚ ਅੱਜ ਤੱਕ ਥਰਮਲ ਪਲਾਂਟ ਖਰੀਦਿਆ ਨਹੀਂ ਗਿਆ, ਵੇਚਿਆ ਹੋ ਸਕਦਾ। ਖਰੀਦ ਲੈ ਕਹਿੰਦੇ, ਥਰਮਲ ਤਾਂ ਖਰੀਦ ਲੈ ਕਹਿੰਦੇ, ਪਰ ਉਹ ਪੁੱਛੀ ਜਾਂਦੇ ਆ ਕਹਿੰਦੇ ਬੀਬੀਆਂ ਦੇ 1000 ਰੁਪਿਆ 2.5 ਲੱਖ ਬਣ ਗਿਆ, ਉਹਦਾ ਲਿਸਟ ਬਣਾਈ ਫਿਰਦੇ ਆ ਤੇ ਜੋੜ ਘਟਾਓ ਕਰੀ ਫਿਰਦੇ ਆ। ਅਸੀਂ ਖਰੀਦਿਆ ਨਾ ਜੀ, ਮਾਨ ਸਾਹਿਬ ਨੇ ਥਰਮਲ ਪਲਾਂਟ ਖਰੀਦ ਕੇ ਪੰਜਾਬ ਨੂੰ ਸਮਰਪਿਤ ਕੀਤਾ, ਨਾ ਵੇਚਿਆ ਦਾ ਕੁਛ ਨੀ। ਅਕਾਲੀ ਕਾਂਗਰਸੀਆਂ ਨੇ ਵੇਚਣ ਦਾ ਸਵਾਈ ਕੀਤਾ ਕੀ ਹੈ? ਕੈਪਟਨ ਨੇ ਕਿਵੇਂ ਸਿਸਵਾ ਬਣਾਇਆ ਇਹ ਦੱਸਣਗੇ ਨਾ ਭਾਈ ਸਾਹਿਬ ਦੇ ਸਾਬਕਾ ਮੁੱਖ ਮੰਤਰੀ। ਅੱਜ ਤਾਂ ਬੀਬੀ ਆਈ ਨੀ 412 ਵਾਲੀ, ਸਾਰੀ ਪਾਰਟੀ ਭੱਜ ਗਈ, ਅੱਜ ਤਾਂ ਭਾਜਪਾ ਨੀ, ਕਿੱਥੇ ਰਹੇ ਹੋ? ਜਿੰਨਾ ਪੈਸਾ ਸਾਡਾ ਦੱਬ ਰੱਖਿਆ ਮੋਦੀ ਸਰਕਾਰ ਨੇ, 8000 ਕਰੋੜ ਰੁਪਏ ਦੱਬ ਰੱਖਿਆ ਸਾਡਾ RDF ਦਾ, ਪਿੰਡਾਂ ਦਾ ਵਿਕਾਸ ਕਿੱਥੋਂ ਕਰੀਏ? ਕਿਉਂ ਦੱਬਿਆ ਹੋਇਆ ਇਹਨਾਂ ਨੇ? ਇਹ ਬੋਲਦੇ ਹੀ ਨਹੀਂ, ਉੱਤੇ ਚੁੱਪ ਕਰਕੇ ਬੈਠ ਰਹਿੰਦੇ ਆ। ਰਾਹੁਲ ਗਾਂਧੀ ਕਦੀ ਬਾਜ ਨਾਲ ਭੱਜਦਾ, ਕਦੀ ਕਿੱਥੇ ਜਾਂਦਾ? ਇੱਥੇ ਆਉਣਾ, ਪੰਜਾਬ ਦਾ ਹਿੱਸਾ, ਪੰਜਾਬ ਨਾਲ ਤਾਂ ਹਰ ਟਾਈਮ ਮਤਰਿਆ ਹਿੱਸਾ। ਦਿੱਲੀ ਤਾਂ ਘੱਟ ਜੋੜਾ ਤੁਹਾਡਾ, ਅਸੀਂ ਪੰਜਾਬ ਦੀ ਗੱਲ ਕਰਨੀ ਹੈ ਜੀ। ਪੰਜਾਬ ਨਾਲ ਹਰ ਟਾਈਮ ਧੋਖਾ, ਪੰਜਾਬ ਨਾਲ ਹਰ ਟਾਈਮ ਗਦਾਰੀ, ਅਸੀਂ ਨਾਲ ਪੁੱਛਣਾ ਚਾਹੁੰਦੇ ਹਾਂ। ਬੀਜੇਪੀ ਨੂੰ ਸਵਾਲ ਬਣਦੇ ਸੀ, ਪਰ ਬੀਜੇਪੀ ਦਾ ਕੋਈ ਵੀ ਨੁਮਾਇੰਦਾ, ਉਹਨਾਂ ਦਾ ਕੋਈ ਵੀ ਸਮਰਥਕ ਇੱਥੇ ਨਹੀਂ ਪਹੁੰਚਿਆ। ਅਨੇਕਾਂ ਸਵਾਲ ਉਹਨਾਂ ਨੂੰ ਵੀ ਕਰਨੇ ਪੈਂਦੇ ਸੀ, ਪਰ ਉਹਨਾਂ ਦਾ ਕੋਈ ਵੀ ਇੱਥੇ ਨੁਮਾਇੰਦਾ ਜਾਂ ਸਾਥੀ ਕੋਈ ਇੱਥੇ ਨਹੀਂ ਪਹੁੰਚਿਆ, ਹਾਲਾਂਕਿ ਉਹਨਾਂ ਨੂੰ ਸੁਨੇਹਾ ਦਿੱਤਾ ਗਿਆ ਸੀ। ਇੱਕ ਇੱਧਰ ਬਾਈ ਜੀ ਖੜੇ ਨੇ, ਬਾਈ ਜੀ ਦਾ ਨਾਂ ਪੁੱਛ ਲੈਂਦੇ, ਇਹਨਾਂ ਦੀ ਆਪਣੀ ਕਹਿੰਦੇ ਪਾਰਟੀ ਹੈ ਜਨਵਾਦੀ ਪਾਰਟੀ, ਤੁਸੀਂ ਉਹਦੇ ਵੱਲੋਂ ਚੋਣ ਲੜ ਰਹੇ ਹੋ? ਇੱਥੋਂ ਚੋਣ ਲੜ ਰਹੇ ਹਾਂ ਜੀ, ਪਟਿਆਲੇ ਤੋਂ। ਮੈਂ ਅਮਰਜੀਤ ਸਿੰਘ ਜਾਗਦੇ ਰਹੋ, ਪਟਿਆਲਾ ਲੋਕ ਸਭਾ ਤੋਂ ਜਨਵਾਦੀ ਪਾਰਟੀ ਦਾ ਉਮੀਦਵਾਰ ਹਾਂ। ਤੇ ਹੁਣ ਇਹ ਗੱਲ ਕਰ ਰਹੇ ਸੀ, ਤੁਹਾਡੀ ਪਾਰਟੀ ਕਿਸ ਲੈਵਲ ਦੀ ਹੈ? ਇਹ ਪਟਿਆਲਾ ਜਿਹੜੀ ਹੈਗੀ ਆ, ਇਹ ਲਖਨਊ ਤੋਂ ਨੇ, ਸੰਜੇ ਸਿੰਘ ਚੌਹਾਨ ਦੇ ਰਾਸ਼ਟਰੀ ਪ੍ਰਧਾਨ ਨੇ। 30 ਸੀਟਾਂ ਅਸੀਂ ਯੂਪੀ 'ਚ ਲੜ ਰਹੇ ਨੇ, ਬਿਹਾਰ 'ਚ 40 ਤੇ ਪਟਿਆਲੇ 'ਚ 1 ਤੇ 71 ਸੀਟਾਂ ਦੇ ਅਸੀਂ ਚੋਣ ਲੜ ਰਹੇ ਹਾਂ ਤੇ ਪਟਿਆਲੇ ਦੇ ਲੜ ਰਹੇ ਹਾਂ। ਹੁਣ ਇਹ ਗੱਲ ਕਰ ਰਹੇ ਸੀਗੇ ਕਾਂਗਰਸ ਤੇ ਆਪ ਵਾਲੇ, ਇਹ ਜਦੋਂ ਕਿ ਇਹ ਦੋਨੇ ਪਾਰਟੀਆਂ ਇਕੱਠੀਆਂ ਨੇ, ਇਹਨਾਂ ਦਾ ਗੱਠਬੰਧਨ ਹੈ। ਜਦੋਂ ਆਪ ਸਰਕਾਰ ਆਈ ਸੀਗੀ, ਅੰਦੋਲਨ ਦੇ ਵਿੱਚੋਂ ਨਿਕਲੀ ਸੀ, ਇਹਨਾਂ ਦਾ ਇੱਕ ਸੀਗਾ ਵੀ ਲੋਕ ਪਾਲ ਜਿਹੜਾ ਬਿੱਲ ਆ ਉਹ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਬਣਾਵਾਂਗੇ। ਦਿੱਲੀ 'ਚ ਸਰਕਾਰ ਆ, ਹੁਣ ਤੱਕ ਨਹੀਂ ਬਣਿਆ। ਪੰਜਾਬ 2 ਸਾਲ ਸਰਕਾਰ ਹੋ ਗਏ, ਜਨਪਾਲ ਲੋਕਪਾਲ ਬਿੱਲ ਨਹੀਂ ਇਹਨਾਂ ਦਾ ਕੋਲ ਬਣਿਆ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ। 26 ਜਨਵਰੀ ਨੂੰ ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ, ਸਟੇਜ ਤੇ ਕਿਹਾ ਸੀਗਾ 26 ਜਨਵਰੀ ਨੂੰ ਵੀ ਜਿਹੜੀ ਦਵਾਈਆਂ ਨੇ ਸਾਰਾ ਇਲਾਜ ਮੁਫ਼ਤ ਮਿਲੇਗਾ, ਤਕਰੀਬਨ ਬਹੁਤ ਮਿਲਦੀਆਂ। ਮੈਂ 24 ਸਾਲਾਂ ਤੋਂ ਬਲੱਡ ਡੋਨੇਸ਼ਨ ਤੇ ਖੂਨਦਾਨ ਕੈਂਪ ਲਾ ਰਿਹਾ, 24 ਸਾਲਾਂ ਤੋਂ। ਦਵਾਈਆਂ, ਮਰੀਜ਼ ਤੁਸੀਂ ਜਾ ਕੇ ਦੇਖੋ, ਮੇਰੇ ਨਾਲ ਚੱਲੋ, ਦਵਾਈਆਂ ਉਹਨਾਂ ਨੂੰ ਬਾਹਰੋਂ ਲਿਆਣੀ ਪੈ ਰਹੀਆਂ ਨੇ ਦਵਾਈਆਂ।
ਦਵਾਈਆਂ ਬਿਲਕੁਲ ਨਹੀਂ ਮਿਲ ਰਹੀਆਂ। ਹੁਣੇ ਲੈ ਲੈਣੇ ਜਵਾਬ, ਹੁਣੇ ਲੈ ਲੈਣੇ ਜਵਾਬ। ਦਵਾਈਆਂ ਨਹੀਂ ਕਹਿੰਦੇ ਮਿਲਦੀਆਂ ਜੀ, ਦਵਾਈਆਂ ਨਹੀਂ ਕਹਿੰਦੇ ਮਿਲਦੀਆਂ। ਕੌਣ ਕਹਿੰਦਾ ਦਵਾਈਆਂ ਨਹੀਂ ਮਿਲਦੀਆਂ? ਪੂਰੀਆਂ ਦਵਾਈਆਂ ਟੋਟਲ ਫ੍ਰੀ, ਟੋਟਲ ਫ੍ਰੀ। ਕੋਈ ਵੀ ਇਲਾਜ ਕਿਹੜਾ ਜੀ? ਕੋਈ ਬੰਦ ਨਹੀਂ ਪਿਆ ਮੇਰੀ ਦੁਕਾਨ ਉੱਤੇ। ਗਲਤ ਕਹਿ ਰਹੇ ਹੋ, ਟੋਟਲ ਗਲਤ। ਅੱਜ ਹਾਂਜੀ ਨਰਪਿੰਦਰ ਜੀ, ਮੁਹੱਲਾ ਕਲੀਨਿਕ ਤੇ ਕੰਟਰੈਕਟ ਤੇ ਡਾਕਟਰ ਰੱਖੇ ਨੇ, 2 ਵਜੇ ਬੰਦ ਕਰਕੇ ਭੱਜ ਜਾਂਦੇ ਨੇ, ਸਾਰੀ ਟਾਈਮ ਵੇਸਟੇਜ ਹੈ। ਬੰਦ ਦੀ ਗੱਲ ਸੁਣ ਲਓ, ਟੈਸਟ ਲਿਖੇ ਜਾਂਦੇ ਆ, ਟੈਸਟ ਲਿਖੇ ਜਾਂਦੇ ਆ, 2 ਦਿਨ ਪਹਿਲਾਂ, 2 ਦਿਨ ਤੋਂ ਪਹਿਲਾਂ ਰਿਪੋਰਟਾਂ ਨਹੀਂ ਆਉਂਦੀਆਂ। ਜੇ ਗਲਤ ਹੋ ਸਕਦਾ 2 ਦਿਨ ਵਾਲੀ ਹੋਵੇ, 2 ਦਿਨ ਵਾਲੀ ਵੀ ਨਹੀਂ ਹੁੰਦੀ ਜੀ, ਉਹ ਆਉਂਦੀ ਨਹੀਂ, ਕਾਰਨ ਰਿਪੋਰਟ ਨਹੀਂ ਆਉਂਦੀ, ਰਿਪੋਰਟ ਨਹੀਂ ਆਉਂਦੀ। ਉਸ ਤੋਂ ਬਾਅਦ ਜਿਹੜੀ ਦਵਾਈ ਹੁੰਦੀ ਹੈ, ਉਹ ਦਵਾਈਆਂ ਤੁਹਾਨੂੰ ਦੱਸ ਦਿੰਦੇ ਆ, ਜਿਹੜੀਆਂ ਕੇਂਦਰ ਸਰਕਾਰ ਵੱਲੋਂ ਜਨਹਿਤ ਵਿੱਚੋਂ ਆਈਆਂ ਜਾ ਰਹੀਆਂ ਨੇ, ਉਹ ਆਲਰੇਡੀ ਕੇਂਦਰ ਤੋਂ ਆ ਰਹੀਆਂ ਸੀ, ਉਸ ਨੂੰ ਨਾਮ ਚੇਂਜ ਕਰਕੇ ਦਿੱਤਾ ਜਾ ਰਿਹਾ। ਜੇ ਦੂਜੀ ਗੱਲ ਮੈਂ ਕਰਨਾ, ਭਾਰਤੀ ਜਨਤਾ ਪਾਰਟੀ ਦੀ ਕੋਵਿਡਸ਼ੀਲਡ ਦੀ ਵੈਕਸੀਨ ਚੱਲੀ ਹੈ, ਤੁਸੀਂ ਦੇਖੋ ਬ੍ਰਿਟਿਸ਼ ਦੇ ਵਿੱਚ ਉਹਦਾ ਕੇਸ ਚੱਲਿਆ। ਉਹਨਾਂ ਨੇ ਜਿਹੜੀ ਅਰਜਨਟੀਨਾ ਵਾਲੀ ਸੀਗੀ ਮੈਨੂਫੈਕਚਰਿੰਗ ਕੰਪਨੀ ਸੀ, ਉਸ ਨੇ ਕਿਹਾ ਕਿ ਹਾਂ ਜੀ ਸਾਡੇ ਇਹਦੇ ਨਾਲ ਖੂਨ ਦੇ ਤੱਫੇ ਜੰਮਦੇ ਆ ਔਰ ਹਾਰਟ ਅਟੈਕ ਹੋਣ ਦੇ ਚਾਂਸਿਸ ਹੈ। ਅੱਜ ਮੋਦੀ ਦੀ ਉਹ ਚੋਣਾਂ ਦੌਰਾਨ ਗ੍ਰਿਫਤਾਰੀ ਦੀ ਮੰਗ ਉੱਠੀ ਹੋਈ ਹੈ। 55 ਕਰੋੜ ਰੁਪਇਆ ਮੋਦੀ ਨੇ ਲਿਆ ਇਸ ਵੈਕਸੀਨ ਨੂੰ ਲਗਾਉਣ ਦੇ ਲਈ, ਤੇ ਆਮ ਆਦਮੀ ਪਾਰਟੀ ਸਰਕਾਰ ਉਰੇ ਸੀ, ਤੇ ਅੱਜ ਜੇ ਇਹਨਾਂ ਦੀ ਹੜਾਂ ਦੀ ਗੱਲ ਕਰਨ ਲੱਗਾ ਮੈਂ, ਹੜਾਂ ਦੇ ਵਿੱਚ ਡਾਕਟਰ ਬਲਬੀਰ ਅਰਬਨ ਸਟੇਟ ਏਰੀਆ ਡਾਕਟਰ ਬਲਬੀਰ ਦੇ ਅੰਦਰ ਆਉਂਦਾ, ਇੱਕ ਦਿਨ ਵੀ ਉੱਥੇ ਜਿਹੜੇ ਲੋਕਾਂ ਦੀਆਂ ਕੋਠੀਆਂ ਦੇ ਏਡੇ ਏਡੇ ਸ਼ੋਰੂਮ ਅਰਬਨ ਸਟੇਟ ਦੇ ਵਿੱਚ ਫੇਸ 2 ਚ ਹੜਾਂ ਚ ਹੜ ਗਏ, ਇੱਕ ਵੀ ਮੁਆਵਜ਼ਾ ਨਹੀਂ ਦਿੱਤਾ। ਇਹ ਕਹਿੰਦੇ ਸੀ ਭੇਡਾਂ ਬੱਕਰੀਆਂ ਦਾ ਮੁਆਵਜ਼ਾ ਦੇਵਾਂਗੇ ਭਗਵੰਤ ਮਾਨ ਜੀ, ਜਾ ਕੇ ਜ਼ਿਮੀਦਾਰਾਂ ਨੂੰ ਪੁੱਛ ਲਓ ਦੇਵੀਗੜ੍ਹ ਏਰੀਏ ਚ, ਸਨੌਰ ਏਰੀਏ ਚ ਕੀ ਆਮ ਆਦਮੀ ਪਾਰਟੀ ਨੇ ਉਹ ਮੁਆਵਜ਼ਾ ਦਿੱਤਾ ਹੈ? ਜਿੰਨੀ ਸਾਡੀ ਜੀਰੀ ਫਸਲ ਖਰਾਬ ਹੋਈ ਹੈ, ਡੁੱਬੀ ਹੈ, ਕੀ ਇਹਨਾਂ ਨੇ ਉਹ ਮੁਆਵਜ਼ਾ ਦਿੱਤਾ? ਪੁੱਛੋ। ਦੇਖੋ ਮੈਂ ਇੱਕ ਗੱਲ ਜੀ ਗੱਲ ਇਹ ਕਿ ਦੇਖੋ 70 ਸਾਲਾਂ ਦੇ ਕੰਮ ਨੂੰ ਜਿਹੜਾ ਕੱਢਣਾ, 70 ਸਾਲਾਂ ਦੇ ਕੰਮ ਨਾ ਪੁੱਛੋ, 70 ਗੱਲ ਕਰ। ਦੇਖੋ ਵੀਰ ਜੀ, 70 ਸਾਰੇ ਸਿਆਣੇ ਨੇ ਜੀ, ਜਿੰਨੇ ਵੀ ਕੰਮ 2 ਸਾਲਾਂ ਚ ਸਰਕਾਰ ਨੇ ਕਰੇ ਨੇ, 70 ਸਾਲਾਂ ਚ ਇਹਨਾਂ ਨੇ ਕਰੇ ਨੇ। 70 ਸਾਲਾਂ ਵਿੱਚ ਇਹਨਾਂ ਨੇ ਕੁਝ ਨਹੀਂ ਕੀਤਾ ਜੀ, 70 ਸਾਲਾਂ ਵਿੱਚ ਇਹਨਾਂ ਨੇ ਪੰਜਾਬ, ਮੇਰੇ ਕੋਲ 2.5 ਲੱਖ ਰੁਪਏ ਦਾ ਮੁਆਵਜ਼ਾ ਆਇਆ, ਮੇਰੇ ਘਰੇ ਜਾ ਕੇ ਬਾਈ ਪੁੱਛ ਸਕਦਾ, ਮੈਂ ਪ੍ਰੂਫ ਦੇ ਸਕਦਾ, ਮੈਂ ਆਮ ਕਿਸਾਨ ਆ ਘਨੌਰ ਤੋਂ। ਤੇ ਬੀਜੇਪੀ ਨੇ ਕੀ ਕੀਤਾ? ਅੱਜ ਸਾਡੇ ਜਿਹੜੇ ਕਿਸਾਨ ਹੈ ਉਹਨਾਂ ਦੇ ਧੱਕੇ ਮਾਰੇ ਤੇ ਉਹ ਕਿਸਾਨ ਦੀ ਮੌਤ ਮੁਆਵਜ਼ਾ ਮਿਲਿਆ ਕਹਿੰਦੇ। ਰਪਿੰਦਰ ਜੀ ਕੋਰਾ ਝੂਠ ਹੈ, ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ, ਮੈਨੂੰ ਮਿਲਿਆ, ਮੈਂ ਚੈੱਕ ਦਿਖਾ ਸਕਦਾ, ਤੁਸੀਂ ਹਾਰ ਜਿੱਤ ਰੱਖ ਲਓ, ਮੇਰਾ ਪਿੰਡ ਹੈ ਘਨੌਰ ਦਾ, ਪ੍ਰੂਫ ਲੈ ਕੇ ਆਉਂਦਾ। ਇੱਕ 70 ਸਾਲਾਂ ਦੀ ਗੱਲ ਦੱਸਣ ਲੱਗਾ, ਸੇਵਾ ਕੇਂਦਰਾਂ ਦਾ ਨਾਮ ਬਦਲ ਕੇ ਮੁਹੱਲਾ ਕਲੀਨਿਕ ਰੱਖਤਾ ਗਿਆ, ਜੇ ਇੰਨਾ ਸੀ ਤਾਂ ਆਪਣੇ ਨਾਮ ਤੇ ਬਣਾਉਂਦੇ। ਜਿਹੜੇ ਸੇਵਾ ਕੇਂਦਰਾਂ ਦੇ ਵਿੱਚ ਗਧੇ ਬੈਠਦੇ ਸੀ, ਜਿਹੜੇ ਸੇਵਾ ਕੇਂਦਰਾਂ ਵਿੱਚ ਕੁੱਤੇ ਬੈਠਦੇ ਸੀ, ਆਮ ਆਦਮੀ ਪਾਰਟੀ ਨੇ ਉਹ ਸੇਵਾ ਕੇਂਦਰ ਜਿਹੜੇ ਨੇ ਉਹਨਾਂ ਵਿੱਚ ਆਮ ਆਦਮੀ ਲੋਕਾਂ ਨੇ ਜਗਬੀਰ ਨੂੰ ਨਕਾਰੇ ਹੀ ਇਸੇ ਕਰਕੇ ਹੈ, ਜਦ ਕੇ ਹੁਣ ਬਿਲਕੁਲ ਅਕਾਲੀ ਦਲ ਖਾਲੀ ਦਲ ਹੋ ਗਿਆ। ਨਰਿੰਦਰ ਜੀ ਇੱਕ ਮਿੰਟ ਬਾਈ ਜੀ, ਇਹ ਕਹਿੰਦੇ ਨੇ 3 ਸਾਲਾਂ ਦੇ ਵਿੱਚ ਸਾਨੇ ਕੰਮ ਕਰਿਆ, ਇਹਨਾਂ ਨੂੰ ਇਹ ਪੁੱਛੋ ਵੀ 2 ਸਾਲਾਂ ਦੇ ਵਿੱਚ ਦੱਸੋ ਇਹਨਾਂ ਨੇ ਕਿੰਨੇ ਹਾਈਵੇ ਬਣਾਤੇ, ਕਿੰਨੇ ਪ੍ਰੋਜੈਕਟ ਲਾਤੇ, ਤੇ ਜਿਹੜਾ ਕਹਿੰਦੇ ਨੇ ਜਿੱਦਾਂ ਸੰਗਰੂਰ ਦੇ ਵਿੱਚ ਇਹਨਾਂ ਨੂੰ ਝਾੜੂ ਨਾਲ ਘੜੀਸਿਆ, ਉਵੇਂ ਨੇ 13 ਦੇ 13 ਸੀ ਪੰਜਾਬ ਪਿੱਛੇ ਹਾਂਜੀ, ਅਸੀਂ ਦੇਸ਼ ਦਾ ਪੈਸਾ ਦੇਸ਼ ਚ ਲਾਇਆ, ਇਹਨਾਂ ਨੇ ਲੁੱਟ ਮਚਾ ਕੇ ਰੱਖੀ ਹੈ, ਪੰਜਾਬ ਦੀ ਜਵਾਨੀ ਗਈ, ਕਿਸਾਨੀ ਗਈ,
ਇਹਨਾਂ ਦੇ ਟਾਈਮ 'ਚ ਗਈ ਹੈ। ਇਹ ਅੱਜ ਵੀ ਵਿਜੇ ਭਾਈ ਦੇ ਭਾਈਵਾਲ ਨੇ, ਸਿਰਫ ਤੇ ਸਿਰਫ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਕਰ ਰਹੇ ਨੇ, ਸਾਰਾ ਮੱਝਾਂ ਬੰਨਦੇ ਰਹੇ ਨੇ, ਸਾਰਾ ਕੁਝ ਇਹਨਾਂ ਦੇ ਚੱਲਦਾ ਰਹੇ ਨੇ। 20 ਸਾਲ ਦੀ ਸਰਕਾਰ ਦੇ ਪੁੱਛੋ ਅੱਜ ਕੈਂਡੀਡੇਟ ਕਿੰਨੇ ਨੇ? ਮੇਰੇ ਪਿੰਡ ਦੇ ਵਿੱਚ 55 ਨੌਕਰੀਆਂ ਮਿਲੀਆਂ ਨੇ, ਮੇਰੇ ਬੇਟੇ ਨੂੰ 2 ਮਿਲੀਆਂ ਨੇ ਉਸ ਕਦੋਂ ਆਏ ਸੀ ਸਰਕਾਰ 'ਚ? ਆਮ ਆਦਮੀ ਪਾਰਟੀ ਕੋਲ ਸਵਾਲਾਂ ਦੇ ਜਵਾਬ ਨਹੀਂ ਹੈਗੇ। ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਦਿਖ ਰਹੀ ਹੈ, ਉਹ ਤਾਂ ਡਿਬੇਟ 'ਚ ਵੀ ਲੜਨ ਨੂੰ ਪੈ ਰਹੀ ਹੈ, ਇਹ ਤਾਂ ਵੋਟਾਂ ਵਿੱਚ ਕੀ ਕਰਨਗੇ ਸਾਡੇ ਨਾਲ? ਇਹਨਾਂ ਨੂੰ ਆਮ ਵਾਲਿਆਂ ਨੂੰ ਕਾਇਮ ਤਾਂ ਲੜਾਈਆਂ ਕਰਦੇ ਡਿਬੇਟ ਨਰਪਿੰਦਰ ਜੀ। ਮੁੱਦੇ ਦੀ ਗੱਲ ਇਹ, ਪਹਿਲਾਂ ਇਹਨਾਂ ਨੂੰ ਭੇਡਾਂ ਬੱਕਰੀਆਂ ਵਾਂਗੂ ਲੜਨਾ, ਪਿੱਛੇ ਹੋ ਕੇ ਖੜਨਾ, ਇਹ ਕੋਈ ਸਿਆਣਾ ਪੈਣਾ? ਝਾੜੂ ਵਾਲਿਆਂ ਦਾ ਕੋਈ ਜਵਾਬ ਦਾ? ਇਹਨਾਂ ਨੂੰ ਸੜਕ ਦੇ ਖੱਡੇ ਨਹੀਂ ਤੱਕ ਭਰੇ ਗਏ ਸਾਡੇ। ਮੈਂ ਨਾਭਾ ਗੇਟ ਮੋਦੀ ਪਲਾਜ਼ਾ ਤੋਂ ਆਇਆ, ਉੱਥੇ ਕੂੜੇ ਦਾ ਡੰਪ ਦਾ ਇੰਨਾ ਬੁਰਾ ਹਾਲ ਹੋਇਆ ਪਿਆ, ਇਹਨਾਂ ਤੋਂ ਉਹ ਨਹੀਂ ਸੈੱਟ ਹੋ ਰਿਹਾ। ਭਾਈ ਜੀ, ਮੈਂ ਕੋਹਿਨੂਰ ਕਲੇਜ ਦਾ ਵਾਸੀ ਹਾਂ, ਹੜ੍ਹਾਂ ਵਿੱਚ ਸਭ ਤੋਂ ਵੱਧ ਨੁਕਸਾਨ ਸਾਡਾ ਹੋਇਆ, ਪੈਸੇ ਲੈ ਕੇ ਫਾਰਮ ਭਰੇ ਗਏ ਨੇ ਲੋਕਾਂ ਦੇ, ਮੁਆਵਜ਼ਾ ਕਿਸੇ ਨੂੰ ਇੱਕ ਰੁਪਇਆ ਨਹੀਂ ਮਿਲਿਆ, ਲੋਕਾਂ ਤੋਂ ਬਲਕਿ ਗਰੀਬ ਬੰਦਿਆਂ ਤੋਂ ਪੈਸੇ ਇਕੱਠੇ ਕਰਕੇ ਫਾਰਮ ਭਰੇ ਨੇ। ਇੱਕ ਮੇਰੇ ਦੋਸਤ 75 ਸਾਲ ਤੱਕ ਕਿਹੜੀ ਪਾਰਟੀਆਂ ਰਾਜ ਕਰਦੀ ਰਹੀ ਪੰਜਾਬ 'ਚ? ਅੱਜ ਪਹਿਲਾਂ ਪੰਜਾਬ 1 ਨੰਬਰ 'ਤੇ ਸੀਗਾ, ਹੁਣ 23ਵੇਂ ਨੰਬਰ 'ਤੇ, 2 ਪਾਰਟੀਆਂ ਰਾਜ ਕਰਦੀ, ਕਾਂਗਰਸ ਤੇ ਅਕਾਲੀ ਤੇ ਭਾਜਪਾ, ਭਾਜਪਾ ਜਿਹੜੀ ਅਕਾਲੀਆਂ ਨਾਲ ਮੇਲ ਬਾਲਦੀ ਸੀਗੀ, ਤਾਂ ਇਹ ਦੱਸਿਆ ਜਾਏ ਪੰਜਾਬ 23ਵੇਂ ਨੰਬਰ 'ਤੇ ਕਿਸ ਤਰ੍ਹਾਂ ਹੈ? 2 ਪਾਰਟੀਆਂ ਰਾਜ ਕਰਦੀ ਨਹੀਂ ਹੈ, 2 ਪਾਰਟੀਆਂ ਰਾਜ ਕਰਦੀ ਨਹੀਂ ਹੈ, ਅਕਾਲੀ ਤੇ ਕਾਂਗਰਸ, ਠੀਕ ਹੈ? ਅੱਜ ਇਹ ਦੱਸਦੇ ਕਿ ਅਸੀਂ ਇਹਦੇ ਵਿੱਚ ਕੌਣ ਜ਼ਿੰਮੇਵਾਰ ਹਾਂ? 23ਵੇਂ ਨੰਬਰ ਲੈਣ ਤੇ ਦੇਖੋ, ਇਹ ਹੁਣ ਜਾਣੀ ਕਿ ਹੈਗਾ ਵੀ ਕਾਂਵਰ ਰੌਲੀ ਪਾ ਰਹੇ ਨੇ, ਜਦਕਿ ਇਹਨਾਂ ਕੋਲ ਤੱਥਾਂ ਦੇ ਆਧਾਰ ਤੇ ਕੋਈ ਗੱਲ ਨਹੀਂ ਕਰ ਸਕਦੇ। ਤੁਸੀਂ ਵੀਰ ਜੀ ਜਿਹੜਾ ਮਰਜ਼ੀ ਦਿਨ ਰੱਖ ਲਿਓ, ਰਜਿੰਦਰਾ ਹਸਪਤਾਲ, ਕਸੱਲਿਆ ਹਸਪਤਾਲ, ਮੇਰੇ ਨਾਲ ਰੱਖ ਲਿਓ, ਦਵਾਈਆਂ ਬਿਲਕੁਲ ਜਿਹੜੀ ਹੈਗੀਆਂ ਬਾਹਰੋਂ ਲਿਆਣੀਆਂ ਪੈ ਰਹੀਆਂ ਨੇ। ਦਵਾਈਆਂ ਦਾ ਮਸਲਾ ਇੱਕ ਵਾਰੀ ਫਿਰ ਤੋਂ ਮੈਂ ਆਉਣਾ ਤੁਹਾਡੇ ਕੋਲੇ ਜੀ, ਦਵਾਈਆਂ ਨੂੰ ਲੈ ਕੇ ਫਿਰ ਸਵਾਲ ਚੁੱਕਿਆ ਜੀ, ਉਹ ਕਹਿੰਦੇ ਦਵਾਈਆਂ ਨਹੀਂ ਮਿਲ ਰਹੀਆਂ ਮਾਤਾ ਕਸੱਲਿਆ ਹਸਪਤਾਲ ਹੋਰ। ਮੈਂ ਆਪ ਜਾ ਕੇ ਆਇਆ ਹਫਤਾ ਪਹਿਲਾਂ, 80 ਕਿਸਮ ਦੀਆਂ ਦਵਾਈਆਂ ਔਰ 40 ਕਿਸਮ ਦੇ ਟੈਸਟ ਪੰਜਾਬ ਦੇ ਸਾਰੇ ਮੁਹੱਲਾ ਕਲੀਨਿਕਾਂ ਵਿੱਚ ਮਿਲ ਰਹੇ ਹੈਗੇ ਹੈ, ਸਰਕਾਰੀ ਹਸਪਤਾਲ, ਵੱਡੇ ਹਸਪਤਾਲਾਂ ਵਿੱਚ ਨਿਊਰੋ ਤੇ ਹਾਰਟ ਦੇ ਆਪਰੇਸ਼ਨ ਹੋ ਰਹੇ ਹੈ, ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ, ਤੁਸੀਂ ਜਾ ਕੇ ਦੇਖੋ। ਮੈਂ ਆਪ ਜੀ ਨੂੰ ਬੇਨਤੀ ਕਰਾਂਗਾ, ਤੁਸੀਂ ਆਪ ਕਿਸੇ ਮੁਹੱਲਾ ਕਲੀਨਿਕ। ਮੈਂ ਅੱਜ ਦਵਾਈ ਲੈ ਕੇ ਆਇਆ ਸਰ, ਪਰਚੀ ਹੈਗੀ ਆ ਮੇਰੇ ਕੋਲ, ਉਹ ਹੁਣ ਹੈ ਨੀ, ਪਰਚੀ ਨੀ ਹੁੰਦੀ, ਟੈਬ ਦੇ ਉੱਪਰ ਅਪਡੇਟ ਹੁੰਦਾ ਨਾਲ ਦੀ ਨਾਲ, ਮੈਨੂੰ ਮੈਂ ਮੈਂ ਦੱਸਦਾ ਤੁਹਾਨੂੰ, ਆ 2 ਦਿਨ ਪਹਿਲਾਂ ਡਿਬੇਟ ਕਰ ਲਓ, ਇਹਨਾਂ ਕੱਲਿਆਂ ਦੀ ਸਾਡੀ ਬਾਤ ਕਰ ਲਿਓ, ਇਹਨਾਂ ਦੀ ਕਾਂਵਾਂ ਰੌਲੀ ਸੁਣ ਲਓ। ਡਾਕਟਰ ਆਪ ਕਹਿੰਦਾ ਇਹ ਦਵਾਈ ਸਾਡੇ ਕੋਲ ਹੈਗੀ ਹੈ, ਕੰਮ ਨਹੀਂ ਕਰੂਗੀ, ਰਿਟਰਨ ਲੈਂਦਾ ਉਹਨਾਂ ਤੋਂ, ਰਿਟਰਨ ਲੈਂਦਾ। ਮੈਂ ਪ੍ਰੂਫ ਦਿੰਦਾ, ਪ੍ਰੂਫ 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 ਜਿੰਨੇ ਸਰਕਾਰੀ ਮੁਲਾਜ਼ਮ ਹੈ, ਅੱਜ ਉਹਨਾਂ ਨੂੰ ਮਾਰ ਕਰਕੇ ਦਵਾਈ ਪਹਿਲਾਂ ਆਪਣੇ ਪ੍ਰਾਈਵੇਟ ਲੈ ਲੈਂਦੇ ਸੀ, ਅੱਜ ਉਹਨਾਂ ਨੂੰ ਦਵਾਈ ਜਿੰਦਰ ਹਸਪਤਾਲ ਤੋਂ ਲਿਖੀ ਜਾਂਦੀ ਹੈ, ਦਵਾਈ ਹੈ ਨਹੀਂ। ਸਰਕਾਰੀ ਮੁਲਾਜ਼ਮ ਇੰਨਾ ਦੁਖੀ ਹੈ, ਤੁਸੀਂ ਰਹੀ ਹੋ ਰੱਬਦਾ ਨਾ, ਜਿੰਨਾ ਪਟਿਆਲਾ ਸ਼ਹਿਰ ਹੈ ਸਾਰਾ ਸਰਕਾਰੀ ਮੁਲਾਜ਼ਮ ਦਾ, ਤੁਸੀਂ ਇੱਕ ਵੀ ਸਰਕਾਰੀ ਮੁਲਾਜ਼ਮ ਪੁੱਛ ਲਓ ਵੀ ਤੁਹਾਨੂੰ ਜਿੰਦਰ ਹਸਪਤਾਲ ਦਵਾਈ ਮਿਲਦੀ ਹੈ, ਉਹਨਾਂ ਨੂੰ ਦਵਾਈ ਨਹੀਂ ਮਿਲਦੀ। ਤੁਹਾਨੂੰ ਸੰਸਦ ਇੱਥੋਂ ਬਣਾ ਕੇ ਦਿੱਤਾ ਸੀ ਲੋਕਾਂ ਨੇ, ਪਰ ਉਹ ਸੰਸਦ ਚਲਾ ਗਿਆ, ਹੁਣ ਲੋਕ ਤੁਹਾਡੇ ਤੋਂ ਦੁਬਾਰਾ, ਤੁਹਾਨੂੰ ਲੱਗਦਾ ਕਿ ਯਕੀਨ ਕਰਨਗੇ? ਕਿਹੜੇ ਮੁੱਦੇ ਤੇ ਯਕੀਨ ਕਰਨਗੇ? ਦੇਖੋ ਨਰਪਿੰਦਰ ਜੀ, ਜਿਹੜੇ ਲੋਕਾਂ ਨੂੰ ਕਾਂਗਰਸ ਸੰਭਾਈ ਹੋਈ ਸੀਗੀ 20 ਸਾਲ ਕੈਪਟਨ ਅਮਰਿੰਦਰ ਸਿੰਘ ਦੇ, ਮਹਾਰਾਣੀ ਪ੍ਰਨੀਤ ਕੌਰ ਨੂੰ 15 ਸਾਲ ਉਹ ਕਾਂਗਰਸ ਦੇ ਵਿੱਚ ਆਨੰਦ ਮਾਣ ਕੇ, ਪਤਾ ਨਹੀਂ ਈਡੀ ਤੋਂ ਡਰਦੇ, ਪਤਾ ਨਹੀਂ ਸੀਬੀਆਈ ਤੋਂ ਡਰਦੇ, ਉਹ ਬੀਜੇਪੀ ਚ ਪਾਲਾ ਬਦਲ ਗਏ ਨੇ, ਸੋ ਪਟਿਆਲਾ ਵਾਸੀਆਂ ਦਾ ਇਹ ਸ਼ਾਹੀ ਪਰਿਵਾਰ ਤੋਂ ਖਹਿੜਾ ਛੁੱਟਿਆ, ਤੇ ਇੱਕ ਯੋਗ ਉਮੀਦਵਾਰ, ਇੱਕ ਸਮਾਜ ਸੇਵੀ ਜਿੰਨੇ
ਪੰਜ ਸਾਲ ਆਪਣੇ ਉਹਦੇ ਕੰਮ ਦੇ ਜਿਹਨੇ ਪਟਿਆਲੇ ਦੇ ਲੋਕਾਂ ਨੂੰ ਆਪਣੇ ਐਮ ਪੀ ਲੈਡ ਫੰਡ ਦੇ ਵਿੱਚੋਂ ਡਾਕਟਰ ਧਰਮਵੀਰ ਗਾਂਧੀ ਨੇ ਕੱਲੇ ਕੱਲੇ ਪਿੰਡ ਨੂੰ ਬੈਂਚਾਂ ਲਈ ਕੁਰਸੀਆਂ ਲਈ ਪੈਸੇ ਦਿੱਤੇ 11 ਕਰੋੜ ਰੁਪਈਆ ਉਹਨੇ 25 ਕਰੋੜ ਚੋਂ ਕੱਲਾ ਸਿੱਖਿਆ ਖੇਤਰ ਲਈ ਦਿੱਤਾ 6 ਕਰੋੜ ਰੁਪਈਆ ਉਹਨੇ ਹੈਲਥ ਸਿਸਟਮ ਲਈ ਦਿੱਤਾ ਗਰਾਊਂਡਾਂ ਲਈ ਪੈਸੇ ਦਿੱਤੇ ਸਮਾਜ ਸੇਵੀ ਹੈ ਕਾਂਗਰਸ ਉਹੋ ਜਿਹੇ ਲੋਕਾਂ ਨੂੰ ਅੱਗੇ ਲੈ ਕੇ ਆਉਂਦੀ ਹੈ ਬੁੱਧੀਜੀਵੀ ਲੋਕਾਂ ਨੂੰ ਜਿਹੜੇ ਲੋਕਾਂ ਦੀ ਭਲਾਈ ਕਰਦੇ ਹੈ ਸੋ ਸਾਡਾ ਖਹਿੜਾ ਛੁੱਟਿਆ ਸ਼ਾਹੀ ਪਰਿਵਾਰ ਤੋਂ ਤੇ ਲੋਕ ਇਹਨਾਂ ਨੂੰ ਵੀ ਸਬਕ ਸਿਖਾਉਣਗੇ ਗਾਂਧੀ ਦੀ ਗੱਲ ਕਰਦਾ ਵੀ ਲੋਕਾਂ ਦੇ ਇਲਾਜ ਫ੍ਰੀ ਕਰਦਾ ਸ਼ਾਹੀ ਪਰਿਵਾਰ ਤੋਂ ਸਾਡਾ ਖਹਿੜਾ ਛੁੱਟ ਗਿਆ ਹੁਣ ਕਹਿੰਦੇ ਕਿ ਗਾਂਧੀ ਜੀ ਆਏ ਨੇ ਕਿ ਚੰਗੇ ਇਨਸਾਨ ਨੇ ਗਾਂਧੀ ਜੀ ਕੋਈ ਚੰਗੇ ਇਨਸਾਨ ਨਹੀਂ ਅੱਜ ਤੁਸੀਂ ਉਹਦੇ ਓਪੀਡੀ ਤੇ ਚਲੇ ਜਾਓ ਉਹ ਕੀ ਕਰਦੇ ਨੇ ਜਿਹੜਾ ਤਾਂ ਸੈਂਪਲ ਨੇ ਦਵਾਈਆਂ ਮੈਡੀਕਲ ਰੈਪ ਦਿੰਦੇ ਨੇ ਉਹ ਦਵਾਈਆਂ ਫ੍ਰੀ ਦਿੰਦਾ ਤੇ ਬਾਕੀ ਲੋਕਾਂ ਦੀ ਜਿੰਨੀ ਵੀ ਸਰਜਰੀ ਹੁੰਦੀ ਹੈ ਉਹ ਫੋਰਟਿਸ ਹਸਪਤਾਲ ਤੋਂ ਕਰਾਈ ਜਾਂਦੀ ਹੈ ਤੇ ਮੋਟਾ ਕਮਿਸ਼ਨ ਖਾਂਦਾ ਇਹ ਮੇਰਾ ਵਾਅਦਾ ਦਾਵਾ ਵੀ ਹੈ ਤੇ ਮੈਂ 10 ਮਿੰਟ ਇਲਜ਼ਾਮ ਹੈ ਤੁਹਾਡਾ ਵੱਡਾ ਆਖਿਰ ਤੇ ਪੁੱਛਣਾ ਚਾਹੂੰਗਾ ਕਿਹੜੇ ਐਸੇ ਮੁੱਖ ਮੁੱਦੇ ਨੇ ਜਿਹਦੇ ਕਰਕੇ ਲੋਕ ਤੁਹਾਨੂੰ ਚੁਣ ਲੈਣ ਦੇਖੋ ਜੀ ਮੁੱਦੇ ਤਾਂ ਬਹੁਤ ਨੇ ਪਟਿਆਲੇ ਦੇ ਪਰ ਇਸ ਸਮੇਂ ਦੇਸ਼ ਖਤਰੇ 'ਚ ਹੈ ਭਾਜਪਾ ਤੋਂ ਦੇਸ਼ ਨੂੰ ਬਚਾਉਣਾ ਹੈ ਪਟਿਆਲੇ ਦੇ ਜਿਹੜੇ ਮੁੱਦੇ ਨੇ ਪਟਿਆਲੇ 'ਚ ਇੰਡਸਟਰੀ ਬਹੁਤ ਘੱਟ ਹੈਗੀ ਹੈ ਔਰ ਹੜਾਂ ਦਾ ਮੁੱਦਾ ਹੈਗਾ ਜਿਸ 'ਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਇਹਨਾਂ ਰਿਵਾਇਤੀ ਪਾਰਟੀਆਂ ਨੇ ਕੋਈ ਕੰਮ ਨਹੀਂ ਕੀਤਾ ਉਸ 'ਤੇ ਲੇਕਿਨ ਇਸ ਸਮੇਂ ਦੇਸ਼ ਖਤਰੇ ਵਿੱਚ ਹੈ ਜਾਂ ਤਾਂ ਇਸ ਵਾਰੀ ਭਾਜਪਾ ਹਾਰੂਗੀ ਜਾਂ ਦੇਸ਼ ਹਾਰੂਗਾ ਸੋ ਦੇਸ਼ ਵਾਸੀਓ ਦੇਸ਼ ਨੂੰ ਬਚਾ ਲਓ ਦੇਸ਼ ਨੂੰ ਬਚਾ ਲਓ ਦੇਸ਼ ਦੇ ਸੰਵਿਧਾਨ ਨੂੰ ਬਚਾ ਲਓ ਸੁਪਰੀਮ ਕੋਰਟ ਕਹਿ ਰਹੀ ਹੈ ਸਿੱਧੂ ਮੂਸੇਵਾਲੇ ਦੀ ਜਿਹੜੀ ਮਰਡਰ ਹੈ ਉਹਦਾ ਉਹਨਾਂ ਨੇ ਕਿਹਾ ਸਿਕਿਉਰਿਟੀ ਘਟੀ ਹੈ ਤਾਂ ਹੋਇਆ ਸਿਕਿਉਰਿਟੀ ਘਟਾਈ ਕਿਹਨੇ ਸੀਐਮ ਨੂੰ ਸਾਰਾ ਪਤਾ ਹੈ ਗ੍ਰਹਿ ਮੰਤਰੀ ਇਲਜ਼ਾਮ ਛੱਡ ਕੇ ਸਿਰਫ ਇੰਨਾ ਦੱਸੋ ਵੀ ਲੋ ਇੱਕ ਮਿੰਟ ਗੱਲ ਸੁਣ ਲਓ ਗੱਲ ਸੁਣ ਲਓ ਗੱਲ ਸੁਣ ਲਓ ਗੱਲ ਸੁਣ ਲੈ ਮੇਰੀ ਇਲਜ਼ਾਮ ਛੱਡ ਕੇ ਸਿਰਫ ਇਹ ਦੱਸੋ ਵੀ ਲੋਕ ਤੁਹਾਨੂੰ ਕਿਹੜੇ ਮੁੱਦੇ ਤੇ ਚੁਣ ਕੀ ਐਸੀ ਡਿਵੈਲਪਮੈਂਟ ਦਾ ਤੁਹਾਡੇ ਕੋਲ ਏਜੰਡਾ ਅਸੀਂ ਤੁਹਾਨੂੰ ਇਹ ਦੱਸਦੇ ਹਾਂ ਐਨ ਕੇ ਸ਼ਰਮਾ ਜਿਹੜੇ ਹੈ ਉਹ ਜੰਮਿਆ ਵੀ ਇਸੀ ਪਾਰਟੀ ਦੇ ਵਿੱਚ ਹੈ ਮਰੇਗਾ ਵੀ ਇਸੀ ਪਾਰਟੀ ਦੇ ਵਿੱਚ ਕਿਉਂਕਿ ਉਹਨੇ ਸਰਪੰਚੀ ਦੀ ਜਿਹੜੀ ਚੋਣ ਹੈ ਇੱਥੋਂ ਜਿੱਤੀ ਹੈ ਉਸ ਤੋਂ ਬਾਅਦ ਨਗਰ ਕੌਂਸਲ ਜਿੱਤੀ ਹੈ ਫਿਰ ਪ੍ਰਧਾਨ ਰਿਹਾ ਫਿਰ ਪ੍ਰਧਾਨ ਬਣੇ ਹੈ ਉਸ ਤੋਂ ਬਾਅਦ MLA ਬਣੇ ਹੈ MLA ਤੋਂ ਬਾਅਦ ਰਾਜ ਸਭਾ ਮੈਂਬਰ ਬਣੇ ਹੈ ਔਰ ਰਾਜ ਮੰਤਰੀ ਬਣੇ ਹੈ ਔਰ ਜਿਹੜਾ ਉਹਨੇ ਜੀਰਕਪੁਰ ਬਹਾਲੀ ਬਨੂੜ ਡਿਵੈਲਪ ਕੀਤਾ ਉਹ ਸਾਰੀ ਡਿਵੈਲਪਮੈਂਟ ਇੱਥੇ ਲੈ ਕੇ ਆਵਾਂਗੇ ਮਾਫ਼ ਕਰਨਾ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤਾਂ ਦੇਖੋ ਗੱਲ ਮੁੱਦਿਆਂ ਦੀ ਹੈ ਪਰ ਕਿਤੇ ਨਾ ਕਿਤੇ ਲੋਕ ਆਪਸ ਦੇ ਵਿੱਚ ਉਲਝ ਜਾਂਦੇ ਨੇ ਪਰ ਹਾਲਾਤ ਤੁਹਾਡੇ ਸਾਹਮਣੇ ਨੇ ਸਾਰਿਆਂ ਨੇ ਆਪਣੀ ਆਪਣੀ ਗੱਲ ਰੱਖੀ ਆ ਹੁਣ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਉਹ ਸਮਾਂ ਦੱਸੇਗਾ ਮੇਰੇ ਸਥਾਨਕ ਸਹਿਯੋਗੀ ਮਨੋਜ ਕੁਮਾਰ ਕੈਮਰਾਮੈਨ